ਮੂੰਹ ਉਧਰ ਕਰ, ਮੈਂ ਘੁੰਡ ਚੁੱਕਣਾ। ਆਹਾ, ਚੰਨ ਦਾ ਟੋਟਾ ਹੀ ਲੱਗਦੀ। ਬੰਦਾ ਕੁੰਡੀ ਲਾ ਲਿਆ ਸਾਈਡ ਤੇ, ਤੁਸੀਂ ਕੀ ਵੇਲੇ ਕੇਬਲ ਲਾਈ? ਹੁਣ ਦੱਸ ਚੁੱਕਣ ਡੇ ਹਲੇ ਤੱਕ ਸ਼ਬਾਜ਼ ਸ਼ਰੀਫ ਦਾ ਡਿੱਗਣ ਡੇ। ਵੈਸੇ ਤੁਹਾਡੇ ਵਰਗੇ ਜੋੜੇ ਹੁੰਦੇ ਨੇ ਜਿਨ੍ਹਾਂ ਘਰ ਔਲਾਦ ਹੋਏ ਤੇ ਮਠਿਆਈ ਪਾਨ ਵਾਲਾ ਵੰਡਣ ਡਿਆ ਹੁੰਦਾ। ਵੈਸੇ ਗੇਮ ਕਿਹੜੀ ਖੇਡਦੇ ਹੋ? ਮੈਂ ਕ੍ਰਿਕਟ। ਕ੍ਰਿਕਟ ਖੇਡਦੇ ਹੋ? ਆਹੋ। ਬੌਲਰ ਕੇ ਬੈਟਸਮੈਨ? ਬੌਲਰ। ਫਾਸਟ ਕੇ ਸਪਿਨਰ? ਸਪਿਨਰ। ਵੈਸੇ ਸਪਿਨਰ ਨੂੰ ਕਦੀ ਨਵੀਂ ਗੇਂਦ ਨਹੀਂ ਮਿਲੀ। ਹੁਣ ਵਿਆਹ ਹੋ ਗਿਆ ਤੁਹਾਡਾ, ਸ਼ਾਟਾਂ ਇੰਜ਼ਮਾਮ ਨੂੰ ਲੱਗਦਾ ਨਾ ਕਰਨਾ, ਪਿੱਚ ਤੇ ਥੱਕ ਜਾ, ਰਨਰ ਬੁਲਾਉਣਾ ਪੈ ਜੇ। ਮੈਂ ਸਿੰਗਲ ਲੈਣੀ ਨਹੀਂ। ਵੈਸੇ ਹੁਣ ਆਪਣੇ ਘਰ ਦਾ ਬੂਹਾ ਖੁੱਲਾ ਰੱਖੋਗੇ? ਬੰਦ ਬੰਦ। ਭੁੱਖੇ ਮਰਨਾ? ਜਾਨੂ, ਮੇਰਾ ਖਿਆਲ ਹੈ ਚੌਂਕ ਚ ਚਲੀਏ। ਇੱਕ ਮਿੰਟ ਹੈ, ਦੇਖੋ ਭਾਈ ਜਾਨ ਇਧਰੋ, ਅਸੂਲ ਦੇ ਖਿਲਾਫ ਗੱਲਾਂ ਨਾ ਕਰੋ। ਦੇਖੋ ਪਹਿਲੇ ਰਸਮਾਂ ਹੋਣਗੀਆਂ, ਕਿਹੜੀਆਂ? ਫੇਰ ਕੁੰਡ ਚੁੱਕੇ ਜਾਣ, ਕਿਹੜੀਆਂ ਰਸਮਾਂ? ਤੁਹਾਡਾ ਤੇ ਛੋਟਾ ਕੋਈ ਭਰਾ ਕੋਈ ਨਹੀਂ? ਹਾਂ ਕੋਈ ਨਹੀਂ, ਲਿਹਾਜ਼ਾ ਮੈਂ ਵੀ ਤੁਹਾਡਾ ਛੋਟਾ ਭਰਾ ਹਾਂ। ਠੀਕ ਠੀਕ, ਮੈਂ ਭਾਬੀ ਦੀ ਗੋਦੀ ਚ ਬੈਠਾ। ਨਹੀਂ ਨਹੀਂ ਨਹੀਂ, ਆ ਤੇਰੀ ਮਿਹਰਬਾਨੀ, ਕੱਲ ਬਹਿ ਲਈ, ਕੱਲ ਅੱਜ ਦਾ ਦਿਨ ਲੈਣ ਦੇ। ਜੇ ਮੇਰੇ ਕੰਮ ਦੀ ਨਹੀਂ ਰਹੀ ਭਾਬੀ, ਤੇਰੀ ਬੜੀ ਮਿਹਰਬਾਨੀ ਆ। ਦੇਖ ਮੇਰਾ 100 ਰੁਪਈਆ ਨਾ ਮਰਵਾ, ਮੈਂ ਤੈਨੂੰ 200 ਦੇਣਾ, ਨਾ ਲੱਗੇ ਜੰਗਲਾਂ ਵੀ ਲਵਾ ਕੇ ਦੇਣਾ। ਮੈਂ ਭਾਬੀ ਕੋ ਲੈਣਾ। ਲੈ ਨਾ, ਭਾਬੀ ਕੋ ਨਹੀਂ ਹੈ। ਚਲੋ ਪੁੱਛ ਲੈਣੇ ਭਾਬੀ, ਭਾਬੀ ਕੋ ਨਹੀਂ ਹੈ, ਮੇਰੇ ਕੋਲ ਹੈ 200। ਭਾਬੀ ਨੂੰ ਪੁੱਛ ਲੈਣੇ, ਪੁੱਛ ਲੋ। ਭਾਬੀ ਹੱਸਣ ਡਈ। ਲੈ ਦੱਸੇ ਨਾ, ਮਰ ਜਾਏ ਹੁਣ। ਭਾਬੀ, ਹਾਂਜੀ, ਤੁਹਾਡਾ ਪਹਿਲਾ ਵਿਆਹ ਹੈ? ਇਹ ਪੁੱਛੀਏ, ਇਹਦੇ ਚ ਪੁੱਛਣ ਚ ਕੀ ਹਰਜ? ਹੋਰ ਭਾਬੀ ਗੁਜ਼ਾਰੋ ਲਿਆਉਂਦੀ ਮੈਂ। ਭਾਬੀ ਜੀ, ਕਦੀ ਕਿਸੇ ਕੁੜੀ ਦਾ ਵਿਆਹ ਹੋਇਆ ਹੋਵੇ ਤੇ ਤੁਸੀਂ ਉਹਦੇ ਨਾਲ ਗਏ ਹੋਵੋ? ਇੱਜ਼ਤ ਕਰੀ ਗਈ ਮੁੜ ਕੇ, ਕੁਛ ਹੋਰ ਕੰਮ ਇੱਜ਼ਤ ਕਰਨੀ ਪੈਣੀ। ਚਲੋ ਭਾਬੀ ਜੀ, ਗੱਲ ਸੁਣੋ, ਮੈਂ ਤੁਹਾਡਾ ਦਿਓਰ ਹਾਂ, ਲਿਹਾਜ਼ਾ ਮੈਂ ਤੁਹਾਡੀ। ਆਪੇ ਤੁਹਾਨੂੰ ਗੁਨਾਹ ਹੋਏਗਾ, ਨਹੀਂ ਬਹਿਣ ਦਿੱਤਾ ਦਿਓਰ ਨੂੰ ਗੋਡਿਆਂ ਤੇ। ਮੈਂ ਥੋੜਾ ਜਿਹਾ ਬੈਠਾ ਭਾਬੀ ਦੇ ਗੋਡਿਆਂ ਨੂੰ, ਹੁਣ ਐਟੈਕਸ ਲਾ ਲੈ। ਗੱਲ ਸੁਣ, ਗੋਦੀ ਚ ਬਹਿਣਾ ਹੀ? ਆਹੋ, ਮੈਂ ਆਪਦਾ ਪ੍ਰਵੀਨ ਨਾਲ ਵਿਆਹ ਕਰਨਾ, ਉਹਦੀ ਗੋਦੀ ਚ ਬਹੀ। ਜੇ ਤੂੰ ਫਿਕਸ ਨਾ ਹੋ ਗਿਆ ਤੇ ਫੇਰ ਵੇਖੀ। ਲੈ ਉਹਦੀ ਗੋਦੀ ਚ ਬਹਿ, ਉਹ ਤੇ ਥੱਲੇ ਬੈਠ ਤੇ ਟੋਇਆ ਪਾ ਦਿੰਦੀ। ਭਾਬੀ ਚੱਲ ਜਾ ਯਾਰ, ਭਾਬੀ ਕੀ, ਮੈਂ ਕਿਹਾ ਕਿਸੇ ਚੀਜ਼ ਦੀ ਲੋੜ ਹੋਵੇ ਭਾਬੀ ਤੇ ਮੈਨੂੰ ਬੁਲਾ ਲਈ, ਮੈਂ ਹਾਜ਼ਰ ਹਾਂ। ਤੁਸੀਂ ਕਰਨਾ ਸੀ ਵਿਆਹ? ਬੇਵਕੂਫਾ, ਮੇਰੇ ਘਰ ਤੋਂ ਰਹਿੰਦਾ, ਬੁੱਢੀ ਲੈ ਗਿਆ ਫਿਰ ਖੇਲਣਾ, ਤੇ ਮੈਨੂੰ ਪਤਾ ਤੇ ਹੁਣ ਕਿਤੇ ਕੌਣ ਆ? ਵਿਆਹ ਲੈ ਦੇ ਨਾਲ ਤੁਹਾਨੂੰ ਦੱਸਣ ਲੱਗੇ, ਸਾ ਟਾਈਮ ਨਹੀਂ ਮਿਲਿਆ। ਆਂਤੀਆ ਤੇ ਉਹ ਸੌਖਾ ਕੰਮ ਆ, ਵਿਆਹ ਕਰਨਾ ਤੂੰ ਠਹਿਰ ਜਾ। ਕੀ ਕਰ ਲੱਗੇ ਹੋ? ਘੁੜ ਚੁੱਕਾ। ਕਾਹਦੇ ਲਈ? ਮੈਂ ਕਾਹਦੇ ਲਈ ਹਾਂ? ਮੈਂ ਮਾਮੇ ਦਾ ਪੁੱਤਰ, ਉਹ ਨਾਲ ਆਏ ਉਹਦੇ, ਪਹਿਲੇ ਕਦੇ ਵਿਆਹ ਹੋਇਆ ਉਹਦਾ? ਜ਼ਿੰਦਗੀ 'ਚ ਕਦੇ ਪਹਿਲੇ ਸੀ ਘੁੜ ਚੁੱਕਿਆ ਤੂੰ? ਨਹੀਂ। ਫੇਰ? ਫੇਰ ਕੀ? ਇਹ ਤਜਰਬੇ ਦਾ ਕੰਮ ਆ ਬੇਟਾ, ਕੀ ਸੌਖਾ ਕਰ। ਖਲੋ ਜਾ ਯਾਰ, ਹੱਦ ਹੋ ਗਈ। ਕੁਛ ਨਹੀਂ ਹੁੰਦਾ, ਮੈਂ ਸਿਰਫ ਘੁੰਡ ਚੁੱਕਾ ਮਾ। ਤੁਹਾਡੀ ਬੁੱਢੀ ਦਾ ਤੁਹਾਡੇ ਪਿਓ ਨਹੀਂ ਚੁੱਕਿਆ ਸੀ? ਮੈਂ ਪਹਿਲੇ ਵੀ ਚੁੱਕ ਬੈਠਾ ਸਾਂ। ਅੱਛਾ ਅੱਛਾ, ਉਦੋਂ ਵੀ ਤਾਂ ਪਹਿਲੀ ਆ ਰਹੀ ਸੀ ਨਾ? ਨਹੀਂ, ਉਹ ਕਦੇ ਨਾ ਕਦੇ ਤੇ ਪਹਿਲ ਕਰਨੀ ਪੈਂਦੀ ਹੈ। ਛੇਤੀ ਕਰ ਲਓ ਹੁਣ। ਹੈ ਲੋ, ਛੇਤੀ ਕਰ ਲਓ ਹੁਣ, ਦੁਕਾਨ ਖੋਲਣੀ ਜਾ ਕੇ। ਥੋੜੇ ਕਿਹੜੀ ਪਰਚੂਨ ਵਾਲੀ ਨਾਲ ਵਿਆਹ ਕਰ ਲਿਆ ਮੈਂ? ਹੁਣ ਤਾਂ ਕਾਲੀ ਪਈ ਹੈ, ਇਹਨੂੰ ਕਹਿੰਦੇ ਆ ਕਾਲੀਆਂ ਕੇ ਖੋਏ। ਓਏ ਸਰਤਾਜ, ਕੌਣ ਸਰਤਾਜ? ਤੁਸੀਂ? ਨਹੀਂ ਨਹੀਂ, ਮੈਂ ਵਾ ਸਰਤਾਜ ਤੇਰਾ। ਤੁਸੀਂ ਇੱਧਰ ਹਟੋ ਭਾਈ ਜਾਨ। ਲੈ ਲੈ,
ਹੋ ਗਿਆ ਲੜਦੇ ਆ ਮੈਨੂੰ ਬੰਦੇ ਨਾਲ ਤੇ ਭਾਈ ਜਾਨ ਅਬੇ ਮੈਂ ਸਰਤਾਜ ਤੇਰਾ ਆਮਦ ਆ ਤੇਰਾ ਮੈਂ ਨਹੀਂ ਮੰਨਦੀ ਤੈਨੂੰ ਕਿਉਂ ਮੇਰੀ ਮਾਂ ਨੇ ਕਿਹਾ ਸੀ ਜਿਹੜਾ ਪਹਿਲੀ ਦਫਾ ਤੇਰਾ ਘੁੰਮ ਚੁੱਕੇਗਾ ਉਹੀ ਤੇਰਾ ਬੰਦਾ ਹੋਏਗਾ ਇਸ ਤਰ੍ਹਾਂ ਗੱਲਾਂ ਤੂੰ ਤੇਰੀ ਮਾਂ ਰੋਣ ਰਹੀ ਆ ਹਾਲੇ ਵੀ ਥਾਣੇ 'ਚ ਬੈਠੀ ਹੋ ਉਹ ਮੈਂ ਤੇਰਾ ਸਰਤਾਜ ਆ ਜਾ ਚੱਲੀਏ ਬੇਵਕੂਫੇ ਆ ਤੇਰਾ ਖਾਵਾਂ ਦਾ ਆ ਜਾ ਇੱਧਰ ਕਿਧਰ ਕਿਚਨ ਵਿੱਚ ਉਹ ਬੈਡਰੂਮ ਵਿੱਚ ਚੱਲੋ ਨਹੀਂ ਨਹੀਂ ਕਿਚਨ ਕਿਚਨ ਉਹ ਉੱਥੇ ਬਾਡੇ ਗੰਦੇ ਕਰਨੇ ਨਹੀਂ ਉਹ ਇੱਥੇ ਕਿਵੇਂ ਗੰਦੇ ਹੋਣਗੇ ਇੱਧਰ ਦਫਾ ਉਹ ਤੇ ਪਾਣੀ ਵੀ ਅਸੀਂ ਪੀਣਾ ਹੁੰਦਾ ਦੱਸ ਹੁਣ ਕਿਚਨ ਵਿੱਚ ਓਏ